सब्सक्राइब करो NC7 न्यूज नू ते लेटेस्ट अपडेट पाने लिए प्रेस करो बेल आइकन। इस वेले दी अहम खबर, बटाला दे इको इलाके विच अचानक सेहत विगड़न नाल चार लोगों की मौत हुई है, जिस नूं लैके शक जाहिर किया जा रहा है कि इन्हां दी मौत देसी शराब पीण नाल हुई है। इस मौके एक मृतक दे परिवार ने दस्सिया कि मरण तों पहला उन्होंने परिवार नूं अखां तों घट दिसण दी गल कही सी, जिस तों बाद जदों उस नूं हस्पताल लिजाया गया तां एमरजेंसी वार्ड दे विच उसने दम तोड़ दिता। ਸਾਨੂੰ ਕੁਛ ਵੀ ਨਹੀਂ, ਇਤਰਾ ਸਿਰ ਉੱਠਿਆ ਬੈਠਿਆ ਸਾਨੂੰ ਅੱਜ ਬਾਹਰ ਬੱਚਿਆਂ ਆਉਂਦਾ, ਮੈਨੂੰ ਨਜ਼ਰ ਤੋਂ ਥੋੜ੍ਹਾ ਧੁੰਦਲਾ ਲੱਗਦਾ, ਸਾਡੇ ਨਾਲ ਗੱਲ ਨਹੀਂ ਕੀਤੀ। 2:30 ਵਜੇ ਨਾਲ ਸਾਨੂੰ ਦੱਸਿਆ, ਜਦੋਂ ਸਾਨੂੰ ਦੱਸਿਆ ਅਸੀਂ ਨਿੱਕਿਆਂ ਮੋਟਿਆਂ ਡਾਕਟਰਾਂ ਵੱਲ ਲੈ ਕੇ ਦੌੜੇ ਫਿਰੇ ਹਾਂ। ਸ਼ਾਮੀ ਵੇਖਿਆ ਸਾਨੂੰ ਥੋੜ੍ਹਾ ਮੋਟਾ ਪਿਆ, ਕੁੜੀ ਉੱਥੋਂ ਹਸਪਤਾਲੋਂ ਬੁਲਾਈ, ਅਸੀਂ ਕਿਹਾ ਕਹਿੰਦੀ ਤੂੰ ਅਸੀਂ ਇੱਥੇ ਉੱਥੇ ਖੜਨ ਨਾਲੋਂ ਸਿੱਧਾ ਅੰਮ੍ਰਿਤਸਰ ਚਲੋ। ਅਸੀਂ ਅੰਮ੍ਰਿਤਸਰ ਲੈ ਕੇ ਤੁਰ ਗਏ, ਉੱਥੇ ਗਿਆ ਅਜੇ ਉੱਥੇ ਸਾਹ ਚੱਲਦੇ ਪਏ, ਜਦੋਂ ਅੰਦਰ ਖੜਿਆ ਉਹ ਐਮਰਜੈਂਸੀ ਚ ਪਾਇਆ ਤੇ 10 ਮਿੰਟ ਵੀ ਨਹੀਂ ਕੱਟੇ, ਉਹਨਾਂ ਸਗੋਂ ਉੱਥੇ ਹੀ ਰੱਖ ਲਿਆ ਇਹਦਾ ਪੋਸਟਮਾਰਟਮ ਕਰਨਾ। ਇਸੇ ਦਿਨ ਹੋਇਆ ਬਾਹਰ ਫਿਰਦਿਆ ਤੁਰਦਿਆਂ ਪਤਾ ਨਹੀਂ ਹੁਣ ਪਾਈਆ ਪੀਤੀ ਚੰਗੀ ਸੀ ਮਾੜੀ ਕੀ ਹਿਸਾਬ, ਕਿਹੜੇ ਮਹੀਨੇ ਪਿੱਛੋਂ ਪੀਲੀ ਸਾਨੂੰ ਪਤਾ ਨਹੀਂ ਲੱਗਿਆ ਵੀ ਕੀ ਬਣਿਆ ਕੀ। ਹਾਲਾਂਕਿ ਦੂਸਰੇ ਪਾਸੇ ਸਿਹਤ ਵਿਭਾਗ ਨੇ ਸਥਿਤੀ ਨੂੰ ਸਪਸ਼ਟ ਨਾ ਕਰਦੇ ਆਖਿਆ ਕਿ ਹਜੇ ਇਹਨਾਂ ਮ੍ਰਿਤਕ ਦੇਹਾਂ ਦਾ ਪੋਸਟਮਾਰਟਮ ਕੀਤਾ ਜਾਏਗਾ, ਜਿਸ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾ ਸਕਦਾ ਹੈ ਕਿ ਇਹ ਮੌਤ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਹੋਈ ਹੈ ਜਾਂ ਕਿਸੇ ਹੋਰ ਕਾਰਨਾਂ ਕਰਕੇ। ਸੀ ਵੀ ਇਸ ਏਰੀਏ ਦੇ ਵਿੱਚ ਕੁਝ ਮੌਤਾਂ ਹੋਈਆਂ ਅਤੇ ਕੋਈ ਸ਼ਰਾਬ ਪੀ ਕੇ ਕਹਿੰਦਾ, ਕੋਈ ਹਾਰਟ ਦੀ ਪ੍ਰੋਬਲਮ ਨਾਲ ਕਹਿੰਦਾ, ਐਗਜੈਕਟ ਕਾਜ਼ ਦਾ ਤਾਂ ਪਤਾ ਪੋਸਟਮਾਰਟਮ ਤੋਂ ਜਾਂ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਕਈ ਲੋਕਾਂ ਦੀ ਮੌਤ ਹੋ ਗਈ ਹੈ, ਜਿਸ ਦੇ ਚੱਲਦਿਆਂ ਬਟਾਲਾ ਦੇ ਵਿੱਚ ਵੀ 4 ਲੋਕਾਂ ਦੀ ਮੌਤ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਹੋਣ ਦਾ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ।